ਹਾਂਜੀ ਕਿਦਾਂ ਸਾਰੇ ਕੀ ਹਾਲ ਚਾਲ ਆ ਹੋਪ ਸੋ ਸਾਰੇ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਤਵਾਂ ਸਾਜੇ ਇੱਕ ਹੋਰ ਵੀਡੀਓ ਚ ਤੁਹਾਡਾ ਸਵਾਗਤ ਹੈ ਪਹਿਲਾਂ ਮੈਂ ਦੱਸ ਦੋਨਾ ਆ ਮੈਨੇ ਹੋਟਲ ਰੂਮ ਦਿੱਲੀ ਆਇਆ ਹੋਇਆ ਸੀਗਾ ਤੇ ਲਾਈਵ ਬੈਠਾਂ ਦਾ ਲੋਕਾਂ ਨੇ ਕਿਹਾ ਕਿ ਬ੍ਰੋ ਮੇਕ ਸਮ ਵੀਡੀਓ ਤੇਰੇ ਤੇ ਮਿਆਂਕ ਨੇ ਵੀ ਵੀਡੀਓ ਰਿਪਲਾਈ ਕੀਤੀ ਮੈਂ ਵਿਹਲਾ ਬੈਠਾ ਸੀ ਦੋਸਤ ਨਾਲ ਆਇਆ ਸੀ ਦੋਸਤ ਚਲਾ ਗਿਆ ਬਾਹਰ ਘੁੰਮਣ ਫਿਰਨ ਮੇਰਾ ਮਨ ਨਹੀਂ ਸੀਗਾ ਮੈਂ ਕਿਹਾ ਚਲੋ ਹੁਣ ਬੈਠ ਕੇ ਵੀਡੀਓ ਬਣਾ ਲੈਂਦੇ ਵਿਹਲੇ ਤੇ ਬੈਠਾ ਰੂਮ ਚ ਕਰਨਾ ਕੀ ਆ ਸੋ ਲਾਈਟਿੰਗ ਚ ਥੋੜਾ ਕੰਪਰੋਮਾਈਜ਼ ਕਰ ਲਈ ਕਿਉਂਕਿ ਲਾਈਟਾਂ ਇੱਥੇ ਪ੍ਰੋਪਰ ਨਹੀਂ ਸਾਰੀਆਂ ਵਾਰਮ ਲਾਈਟਸ ਸੀ ਉਹ ਵੀ ਡਿਮ ਡਿਮ ਲਾਈਟਾਂ ਨਾਲ ਥੀਮ ਸੀ ਤੇ ਪੜਦੇ ਮੈਂ ਤਾਂ ਆ ਕੇ ਕਰਦੇ ਪਿੱਛੋਂ ਨਾ ਸਾਹਮਣੇ ਵਾਲੀ ਹੋਟਲ ਦੀ ਲਾਈਟ ਜਲਦੀ ਤਾਂ ਫੇ ਉਹ ਰਿਫਲੈਕਟ ਹੋਣਾ ਹੈਗਾ ਦਾ ਵਧੀਆ ਲੱਗਦਾ ਬੱਕੀ ਅੱਜ ਗੱਲ ਕਰਦੇ ਆ ਮਿਆਂਕ ਸ਼ਰਮਾ ਮਿਆਂਕ ਸ਼ਰਮਾ ਨੇ ਪਾਈ ਆੜ ਤੇ ਵੀਡੀਓ ਚਲੋ ਵਧੀਆ ਗੱਲ ਆ ਵੀਡੀਓ ਪਾਵੇ ਪਰ ਹੁਣ ਬਾਈ ਦੇ ਸਵਾਲ ਆ ਤੇ ਜਵਾਬ ਤਾਂ ਦੇਣੇ ਬਣਦੇ ਆ ਅਗਲਾ ਕਹਿੰਦਾ ਮੇਰੀ ਵੋਟ ਨੂੰ ਨਿੱਬੀ ਨਾ ਆ ਕੇ ਕਰੋ ਸੋ ਅੱਜ ਮੈਂ ਇੱਕ ਨਵਾਂ ਨਾਮ ਸੋਚ ਕੇ ਰੱਖਿਆ ਤੇ ਨਵਾਂ ਨਾਮ ਸਰੋਂ ਦੱਸੂਗਾ ਕਿਉਂਕਿ ਉਹ ਨਾਮ ਨਾਮ ਬਿਲਕੁਲ ਟੋਕਦਾ ਆ ਉੱਤੇ ਤੇ ਇਸੀ ਦਾ ਤੂੰ ਪ੍ਰੂਫ ਆਪ ਹੀ ਦੇ ਦਿੱਤਾ ਹੋਇਆ ਸੋ ਅੱਜ ਦੀ ਵੀਡੀਓ ਚ ਥੋੜਾ ਜਿਹਾ ਛੋਟੀ ਹੋ ਸਕਦੀ ਆ 10 ਟ੍ਰਾਈ ਕਰਾਂਗੇ ਸਵਾਦ ਲੈ ਨਦੀ ਪੂਰਾ ਪੂਰਾ ਦਵਾਂਗੇ ਮਯੰਗ ਸ਼ਰਮ ਨੂੰ ਬਹੁਤ ਵਧੀਆ ਜਵਾਬ ਜੋ ਉਹ ਚਾਹੁੰਦਾ ਸੀਗਾ ਫੇ ਇੱਕ ਪਾਸੇ ਬੇਬੁਰੇ ਲੱਪਦੀਆਂ ਸਾਨੂੰ ਇਦਾਂ ਉਦਾਂ ਪਰ ਕਹਿੰਦੇ ਨੇ ਸਿੰਪਲੀ ਗੇਨਰ ਮਾਤਾ ਨੂੰ ਨਾਲ ਬਿਠਾ ਕੇ ਰਿਪਲਾਈ ਕਰਨ ਡਿਆ ਪਰ ਕੋਈ ਨਾ ਜੇ ਸਾਨੂੰ ਬੇਸ਼ਰਮ ਕਹਿ ਦਿੱਤਾ ਤੇ ਹੁਣ ਬੇਸ਼ਰਮੀ ਤੇ ਆਈ ਜਾਂਦੇ ਆ ਕਰਨੀਆਂ ਚੁਗਲੀਆਂ ਤੇ ਅਖਵਾਉਣਾ ਮਰਦ ਗਿੱਦਾ ਪਾਇਆ ਕਰ ਸੋਹਣਾ ਲੱਗੇਗਾ ਮਮਾ ਗਿੱਦਾ ਪੰਦ ਕਦੀ ਦੇਖਿਆ ਮੈਨੂੰ ਨਹੀਂ ਨਾ ਪਰ ਗਿੱਦਾ ਪਵਾ ਜਰੂਰ ਦੇਣਾ ਹਣਾ ਤੇਰੇ ਵਰਗੇ ਤਾਂ ਕਿੱਕਲੀ ਪਾਉਂਦੇ ਫਿਰਦੇ ਗਿਆ ਨਹੀਂ ਨਹੀਂ ਕਿਤੇ ਹੋਰ ਵੀਡੀਓ ਨਾਲ ਸੜ ਦੇਵੇ ਤੁਹਾਡੇ ਵਰਗੇ ਨੂੰ ਗੱਲਾਂ ਸੱਚ ਬੋਲਦੀ ਇਹ ਤਾਂ ਚੁੱਪਦੀਆਂ ਬਾਕੀ ਗਿੱਦਾ ਪਾਣ ਦੀ ਗੱਲ ਕੌਣ ਕਰ ਰਿਹਾ ਜਿਹੜਾ ਆਪ ਭੈਣ ਜੋ ਟਿਕਟੋਕ ਦੇ ਨਚਾਰ ਬਣੀ ਫਿਰਦੇ ਆ ਨੋ 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 ਉਹ ਮੇਰੀ ਗੱਲ ਸੁਣੋ ਭਾਈ ਸਿੱਧੂ ਉਸੇ ਵਾਲਾ ਦੇ ਹੋ ਨਾ ਮੇਰਾ ਬੰਦ ਆ ਕਿਹੜਾ ਕਲੈਰੀ ਮੋਰ ਬਣਿਆ ਫਿਰਦਾ ਇੱਧਰ ਆ ਦਿੱਲੀ ਸੀਪੀ ਤੇ ਨਰਕੇ ਬਥੇਰੇ ਘੁੰਮਦੇ ਫਿਰਦੇ ਆ ਪਰ ਉਹ ਗੱਲ ਵੱਖਰੀ ਆ ਹੈਲੋ ਡਾਰਲਿੰਗ ਥੋੜੀ ਬਾਜ ਭਾਰੀ ਜੀ ਬੋਲਦੇ ਯੂ نو ਮੈਂ ਕੀ ਕਹਿਣਾ ਚਾਹੁੰਦਾ ਸਿੱਧਾ ਨਾਮ ਲੈ ਕੇ ਉਹਨਾਂ ਦੀ ਡਿਸਰੈਸਪੈਕਟਿੰਗ ਕਰਨਾ ਚਾਹੁੰਦਾ ਉਹ ਤੇਰੇ ਨਾਲੋਂ ਲੱਖ ਗੁਣਾ ਚੰਗੇ ਆ ਮੰਗਿਆ ਕਰੋ ਮਤਲਬ ਕਿ ਆਪਣੇ ਘਰ ਹਾਸ ਤੇ ਸੁੱਖ ਸ਼ਾਂਤੀ ਮੰਗਿਆ ਕਰੋ ਤੰਦਰੁਸਤੀ ਮੰਗਿਆ ਕਰੋ ਆਪਣੇ ਘਰ ਦੇ ਹਾਸ ਤੇ ਮੰਗਿਆ ਕਰੋ ਤੇ ਆਪਣੇ ਵਾਸਤੇ ਚੰਗੀਆਂ ਮੱਤਾਂ ਮੰਗਿਆ ਕਰੋ ਆਪਣੀ ਵਾਸਤੇ ਚੰਗੀਆਂ ਮੱਤਾਂ ਬੋਲ ਵੀ ਨਹੀਂ ਬੀ ਨਹੀਂ ਨਹੀਂ ਸੌਰੀ ਮਾਨੀ ਜੀ ਇਹਨੂੰ ਨੀਭੀ ਨਹੀਂ ਕਹਿਣਾ ਨਵਾਂ ਨਾਮ ਥੋੜੀ ਦੇਰ ਚ ਰੀਵੈਲ ਹੋ ਏ ਭਰਾ ਜਾਣ ਸਿੱਧੀ ਗੱਲ ਨਹੀਂ ਕਰਨੀ ਨਾ ਥੋੜਾ ਥੋੜਾ ਹਿੰਟ ਪਹਿਲਾਂ ਦੇ ਦਿੰਦੇ ਕਿ ਹਨ ਨਹੀਂ ਆਪਾਂ ਟਾਪਿਕ ਕਿਹੜਾ ਸ਼ੁਰੂ ਕਰਨ ਲੱਗੇ ਆ ਤੇ ਕਰੋ ਸ਼ੁਰੂ ਖਤਮ ਕਰਦਾ ਫੇਰ ਸਹੀ ਗੱਲ ਆ ਤੇ ਜਿਹੜੇ ਆਪਾਂ ਨੂੰ ਬੈਡ ਕਮੈਂਟ ਕਰਦੇ ਆ ਤੇ ਇਹ ਗੁਰੂ ਆ ਅਕਲ ਦੇਓ ਉਹਨਾਂ ਨੂੰ ਮਾੜਾ ਮੋੜਾ ਰਹਿਣ ਆਪਾਂ ਨੂੰ ਕਮੈਂਟ ਕਰਦੇ ਆ ਉਹ ਭਰਾਵਾ ਕਹਿਣਾ ਕੀ ਚਾਹੁੰਦਾ ਲੋੜੂ ਚੰਦ ਮੈਨੂੰ ਇਹ ਗੱਲ ਜਦੋਂ ਸਮਝ ਆਂਦੀ ਉਹ ਰੱਬਾ ਇਹਨੂੰ ਅਕਲ ਦੇ ਜਿਹੜੇ ਬੈਡ ਕਮੈਂਟ ਕਰਦੇ ਮਤਲਬ ਕਿ 1000 ਬੰਦਾ ਜੀ ਕਮੈਂਟ ਕਰਦਾ 800 ਗਾਲਾਂ ਪੈ ਗਈਆਂ 800 ਬੰਦਾ ਗਲਤ ਹੈ ਤੂੰ ਇਕੱਲਾ ਸਹੀ ਹੈ ਤੇਰਾ ਕੰਟੈਂਟ ਵਧੀਆ ਪਰ ਚਲ ਆਪੜੀ ਭੈਜੋ ਗਲਤੀ ਦੇ ਆਪਣੀ ਢੂਈ ਕਿਸੇ ਨੂੰ ਦੀਦੀ ਨਹੀਂ ਆ ਬਾਕੀ ਲੋਕਾਂ ਦੀ ਦੀਦੀ ਨਹੀਂ ਆ ਆਪ ਹੀ ਗਲਤ ਹੋ ਜੇ ਆਪਕਾ ਹੀ ਹੋ ਅੱਛਾ ਛੋਟੀ ਵੱਡੀ ਇਹੀ ਸਾਬਾ ਤੁਹਾਡਾ ਕਿਨੇ ਆਪਣੇ ਕੋਲ ਕੁਛ ਨਹੀਂ ਲੋਕ ਘਰੀ ਨਹੀਂ ਨਹੀਂ ਤੁਸੀਂ ਇਦਾਂ ਆ ਗਲਤ ਆਈ ਤਾਂ ਬਿਲਕੁਲ ਸਹੀ ਆ ਆ ਕਰਨ ਦਿੱਤਾ ਰੋਸਟਰ ਨੇ ਮੈਨੂੰ ਪਿੱਛੇ ਜਨ ਪੁਲਾਇ ਦਿੱਤਾ ਸੀਗਾ ਹੁਣ ਹਿਮਾਨੀ ਨੂੰ ਉਹ ਨਿੰਬੀ ਨਿੰਬੀ ਕਹਿ ਲੰਦਾ ਵਾ ਜੇ ਉਹਦੀ ਉਮਰ ਛੋਟੀ ਆ ਤਾਂ ਨਿੰਬੀ ਕਹਿੰਦਾ ਮਤਲਬ ਤੂੰ ਵੀਰ ਆਪਣੇ ਘਰ ਦੀਆਂ ਧੀਆ ਭੈਣਾਂ ਜਿਹੜੀਆਂ ਨਿੱਕੀਆਂ ਉਮਰ ਚ ਉਹਨਾਂ ਨੂੰ ਨਿੰਬੀ ਨਿੰਬੀ ਕਹਿਣਾ ਮੇਰੇ ਘਰੇ ਧੀਆ ਭੈਣਾਂ ਹੈ ਨਹੀਂ ਗੀਆਂ ਮੇਰੀਆਂ ਮਤਲਬ ਮੇਰੀ ਸਖੀ ਭੈਣ ਕੋ ਤੇ ਛੋਟੀ ਚਾਚੇ ਦੀ ਕੁੜੀ ਆ ਉਹਨੂੰ ਮੈਂ ਨਿੱਬੀ ਨਹੀਂ ਕਹਿਣਾ ਉਹ ਅਕਲਮੰਦ ਆ ਛੀਨੋ ਕੀ ਉਹਦੀ ਪੜ੍ਹਨ ਦੀ ਉਮਰ ਆ ਕੇ ਭਾਜੋ ਪੇਚੇ ਪਾਉਣ ਦੀ ਉਮਰ ਆ ਪਿਆਰਾਂ ਦੇ ਤੇ ਬਾਕੀ ਉਹਨੂੰ ਤੇ ਉਹਦੇ ਘਰ ਦੇ ਨੂੰ ਪੂਰੀ ਇੱਜ਼ਤਮਾਨ ਹੈਗਾ ਆ ਆਪਣੀ ਕੁੜੀ ਤੇ ਕੁੜੀ ਨੂੰ ਪੂਰੀ ਇੱਜ਼ਤਮਾਨ ਰਿਸਪੈਕਟ ਆ ਕਿ ਨਹੀਂ ਜਿਹੜੇ ਟਾਈਮ 'ਚ ਅਸੀਂ 12ਵੀਂ 11ਵੀਂ ਕਰਨੀ ਉਸ ਟਾਈਮ 'ਚ ਅਸੀਂ ਪਿਆਰ ਪਿਓਰ ਨਾ ਪਾਈਏ ਤਾਂ ਕਿ ਫਿਊਚਰ ਗੋਲ ਸੈੱਟ ਕਰ ਸਕੀਏ ਬਾਕੀ ਉਹ ਬਲੌਗਰ ਨਹੀਂ ਹੈਗੇ ਨਾ ਕਿ ਜਿਹੜੇ ਸ਼ਰਮ ਲਾ ਕੇ ਵੇਚ ਦੇਣ ਸੋ ਉਹਨਾਂ ਨੂੰ ਨਿੱਬੀ ਨਹੀਂ ਕਹਈਦਾ ਠੀਕ ਆ ਪਤਾ ਲੱਗ ਗਿਆ ਨਿੱਬੀ ਕਿਉਂ ਕਹਣਾ ਆਪਣ ਤਿੰਨਾਂ ਭੈਣਾਂ ਨੂੰ ਚਾਹ ਪਾਣੀ ਵੀ ਬਣਾਣੀਆਂ ਦੀ ਚਾਹ ਚ ਪੱਤੀ ਵੀ ਨਹੀਂ ਪਤਾ ਹੁੰਦੀ ਕਿੰਨੀ ਪਾਣੀ ਆ ਤੇ ਇਹ ਨਹੀਂ ਵੇਖਦੇ ਕਿ ਉਹ ਕੁੜੀ ਕਿੰਨਾ ਕੰਮ ਕਰਦੀ ਆ ਤੂੰ ਛੱਡ ਤੀਆਂ ਭੈਣਾਂ ਨੂੰ ਚਾਹ ਪਾਣੀ ਤੇ ਰਹਿਣ ਦੇ ਤੈਨੂੰ ਆਹ ਤੈਨੂੰ ਬਣਾਉਣਾ ਸ਼ੇਕ ਪਲਵਾਣਾ ਮੈਂ ਭੈਜ ਤਗੜਾ ਹੋਊਂਗਾ ਜਿਹੜੀਆਂ ਫੈਂਸੀਆਂ ਨਿਕਲੀਆਂ ਸਭ ਗਰਮੀ ਗੁਰਮੀ ਸਭ ਤੇਰੀ ਲੈ ਜਾਣੀ ਹੈ ਕਿ ਹਾਂ ਨਹੀਂ ਅਬ ਆਈ ਐਮ ਸੈਟ ਐਮ ਓਕੇ ਐਦਾਂ ਕਈ ਫੇਰੂੰਗਾ ਮਾਤਾ ਮੂਰੇ ਬੈਠਾ ਤੂੰ ਕਹਿੰਦਾ ਕਿ ਹਾਂ ਕਿ ਨਹੀਂ ਇਹ ਸਾਲਿਆਂ ਨੂੰ ਇਹ ਹੋ ਦੇ ਇੱਕ ਗਾਲ ਕੱਢਣ ਨੂੰ ਮੈਂ ਕੁਝ ਨਹੀਂ ਕਹਿੰਦਾ ਤੇ ਜੀ ਸਾਦ ਕੇ ਕੱਢ ਪਰ ਮੇਰਾ ਦਿਲ ਨਹੀਂ ਕਰਦਾ ਕਿ ਆਂਟੀ ਜੀ ਬੈਠੇ ਆਂਟੀ ਜ ਤੇ ਆ ਜੀਆ ਮੇਰਾ ਵੀ ਰਿਵਿਊ ਵੇਖਿਆ ਕਰੋ ਠੀਕ ਹੈ ਤੇ ਫਾਲਤੂ ਦੇ ਰਿਪਲਾਈ ਮੈਨੂੰ ਨਹੀਂ ਦੇਣ ਦੀ ਲੋੜ ਠੀਕ ਹੈ ਮੈਂ ਵੀ ਫਿਰ ਰਿਪਲਾਈ ਹੀ ਮੇਰਾ ਵੀ ਰਿਪਲਾਈ ਹੀਗਾ ਮੈਂ ਵੀ ਰਿਪਲਾਈ ਸੀ ਮੇਰਾ ਵੀ ਰਿਪਲਾਈ ਹੈ ਫਾਲਤੂ ਰਿਪਲਾਈ ਦੇਣੀ ਮੈਨੂੰ ਨਹੀਂ ਲੋੜ ਤੂੰ ਲੜੂ ਚੰਦ ਬੋਲਣਾ ਤੈਨੂੰ ਪਤਾ ਤੇਰਾ ਵਲੋਗਿੰਗ ਕੰਟੈਂਟ ਆ ਸਾਡਾ ਰੋਸਟਿੰਗ ਕੰਟੈਂਟ ਆ ਅਗਰ ਮੈਂ ਵੀਡੀਓ ਪਾਈ ਤੂੰ ਪਾਤੀ ਸਾਨੂੰ ਕੋਈ ਦਿੱਕਤ ਨਹੀਂ ਐਸੀ ਤੈਨੂੰ ਕੁਝ ਬੋਲਣੇ ਅਸੀਂ ਇੱਕ ਹੋਰ ਵੀਡੀਓ ਪਾਤੀ ਜੇ ਤੂੰ ਵੀ ਪਾ ਲਈ ਫਿਰ ਮਨਾ ਕਿਉਂ ਕਰੀਏ ਨਾ ਕਿ ਸਾਨੂੰ ਰਿਪਲਾਈ ਕਰਨ ਦੀ ਲੋੜ ਨਹੀਂ ਇੱਕ ਪਾਸੇ ਬੋਲਦਾ ਕਿ ਜੋ ਮਰਜ਼ੀ ਬੋਲੀਓ ਇੱਕ ਪ ਰਿੰਪਲ ਨੇ ਸੁਣਨਾ ਤੇ ਸ਼ੁਰੂ ਤੋਂ ਆਪਣਾ ਕੋਈ ਹੈਗਾ ਹੀ ਨਹੀਂ ਪਰ ਆ ਜਿਹੜਾ ਕਰਨ ਦਿੱਤਾ ਇਹ ਵੱਧ ਬੋਲਦਾ ਵਾ ਤੇ ਇਹੀ ਪ੍ਰਵਾਹ ਨਹੀਂ ਕਰਦੇ ਹੈਗੇ ਉਹ ਫੋਦੂਆਂ ਦੇ ਬ੍ਰਾਂਡ ਬੈਸਟਰ ਮੇਰੀ ਗੱਲ ਸੁਣ ਜੇ ਤੂੰ ਪ੍ਰਵਾਹ ਨਾ ਕਰਦਾ ਹੁੰਦਾ ਨਾ ਤੂੰ ਪਿਛਲੀ ਵੀਡੀਓ ਬਣਾਣੀ ਸੀ ਨਾ ਹੁਣ ਬਣਾਣੀ ਆ ਫਰਕ ਤੈਨੂੰ ਪੈਂਦਾ ਆ ਮਜ਼ਾ ਤੈਨੂੰ ਆਉਂਦਾ ਆ ਵੀਡੀਓ ਬਣਾਉਣ ਦਾ ਟੌਪਿਕ ਪੈਜੋ ਕਿੰਨਾ ਕਟਾਈਮ ਦਿਖਾ ਦਊਗਾ ਕਿ ਨਹੀਂ ਹੀ ਮਾਨੀਏ ਕਰਦੀ ਹੀ ਮਾਨੀਏ ਉਹ ਕਰਦੀ ਕਿੰਨਾ ਕਟਾਈਮ ਦਿਖਾ ਦਊਗਾ ਅਸੀਂ ਇਹ ਚੱਲੇ ਸ਼ਾਪਿੰਗ ਕਰਨ ਤੀਏ ਦਿਨ ਪੈਜੋ ਅੱਜ ਅਸੀਂ ਸ਼ਾਪਿੰਗ ਹੀ ਕੀਤੀ ਅੱਜ ਇਹ ਕੀਤਾ ਕੁਝ ਤਾਂ ਮਸਾਲਾ ਤੇਰੀ ਆਡੀਅੰਸ ਨੂੰ ਵੀ ਚਾਹੀਦਾ ਮੈਨੂੰ ਤਾਂ ਹੀ ਮੈਸੇਜ ਆ ਕਿ ਹਾਂ ਨਹੀਂ ਯਾਰ ਚੈੱਕ ਕਰੋ ਬਿਯੰਕ ਦੀ ਵੀਡੀਓ ਨੇ ਤੁਹਾਨੂੰ ਰਿਪਲਾਈ ਕੀਤਾ ਲੋਕਾਂ ਨੂੰ ਮਸਾਲਾ ਚਾਹੀਦਾ ਸਿੱਧਾ ਸਿੱਧਾ ਸੱਪ ਕਰੋ ਕਿ ਹਾਂ ਨਹੀਂ ਇਹ ਉਹ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਾਂਦਰ ਦੀ ਢੂਈ ਤੇ ਤੇਰਾ ਬੂਤਿਆ ਕਦਮ ਸੇਮ ਹੋਇਆ ਪਿਆ ਜਦੋਂ ਵੀਡੀਓ ਪੈ ਜਾਂਦੀ ਆ ਹਾਂ ਪਾਤੀ ਹੁਣ ਫੇਰ ਵੀਡੀਓ ਬਣਾਣੀ ਪੈਣੀ ਆ ਸਾਲੇ ਨੈਟ ਵਾਲੇ ਬਦਮਾਸ਼ ਇਹ ਉਹ ਉਹ ਭਰਾ ਆਪਣੇ ਘਰੇ ਜਾ ਆਪਣੇ ਰਿਸ਼ਤੇਦਾਰੀ ਵੇਖ ਆਪਣੇ ਧੀਆ ਭੈਣਾਂ ਵੇ ਅਗਲੇ ਨੂੰ ਪੱਤੀ ਇੰਚਾਰਜ ਪਾਣੀ ਆਉਂਦੇ ਨੇ ਕਿੰਨੇ ਉਹ ਧੀਆ ਭੈਣਾਂ ਕਿੱਥੋਂ ਦੇਖ ਲੈ ਮੈਂ ਭੈਣ ਚ ਮਾਨੀ ਨਾਲ ਵਿਆਹ ਥੋੜੀ ਕਰਾਇਆ ਜਾ ਮੈਂ ਕਰਾਂ ਵਿਆਹ ਕਿਸੀ ਹੋਰ ਨਾਲ ਥੋੜੀ ਹੋਇਆ ਕਿ ਖਾ ਮੇਰੀ ਧੀ ਜੰਪੂਏ ਬਾਕੀ ਗੀ ਗੱਲ ਭੈਣ ਦੀ ਉਹ ਤੈਨੂੰ ਐਗਜ਼ਾਮਪਲ ਪਹਿਲਾਂ ਵੀ ਦੱਸੂਗਾ ਤੇ ਜਿਹੜੀ ਗੱਲ ਕਰਦਾ ਆਪਣੇ ਘਰੇ ਜਾ 4 ਇਅਰ ਕਾਈਡ ਇਨਫੋਰਮੇਸ਼ਨ ਮੈਂ ਆਪਣੇ ਘਰੇ ਹੀ ਰਹਿਣਾ ਆਪਣੇ ਪੇਰੈਂਟਸ ਦੇ ਨਾਲ ਰਹਿਣਾ ਹੈ ਉਹਨਾਂ ਦੀ ਮਰਜ਼ੀ ਨਾਲ ਚੱਲਦਾ ਆ ਉਹਨਾਂ ਦੇ ਉਹਨਾਂ ਨੂੰ ਪਤਾ ਹੁੰਦਾ ਮੈਂ ਕਿੱਥੇ ਆਣਾ ਜਾਣਾ ਆ ਕਿੱਥੇ ਰਾਤਾਂ ਨੂੰ ਹੈਗਾ ਬਾਹਰ ਕਿੱਥੇ ਨਹੀਂ ਕੀ ਐਸ਼ੀ ਕਰਦਾ ਪਿਆ ਕੀ ਨਹੀਂ ਸਾਰਾ ਕੁਝ A to Z ਕਿਉਂਕਿ ਸਾਡੇ ਸਿਰ ਦੇ ਉੱਪਰ ਇਹ ਵਾਲਾ ਫੇਮ ਨਹੀਂ ਚੜਾਗੇ ਹਾਂ ਚਾਰ ਕੇ ਫਾਲੋਅਰ ਆ ਗਏ ਤੇ ਮੂੰਹ ਚੱਕਿਆ ਡੰਡੀ ਬਿਸਤਰਾ ਤੇ ਚਲੋ ਚੰਡੀਗੜ੍ਹ ਰਹੀਏ ਜਾ ਕੇ ਕਿਉਂ ਕਿਉਂਕਿ ਉੱਥੇ ਐਸ਼ ਪ੍ਰਤੀ ਹੋ ਸਕਦੀ ਆ ਅਗਰ ਤੁਸੀਂ ਵਲੌਗਰ ਹੋ ਤੁਸੀਂ ਤੁਸੀਂ ਆਪਣੇ ਨੂੰ ਵਧੀਆ ਸਮਝਦੇ ਤੁਸੀਂ ਬਹੁਤ ਵਧੀਆ ਤੁਸੀਂ ਉਸ ਗਲਤ ਕੰਟੈਂਟ ਨਹੀਂ ਪੋਸਟ ਕਰਦੇ ਆਪਣੇ ਏਰੀਆ ਚ ਕਿਉਂ ਨਹੀਂ ਰਹੇ ਇੱਥੇ ਆ ਕੇ ਚੰਡੀਗੜ੍ਹ ਕਿਹੜਾ ਤੂੰ ਦਫ਼ਤਰ ਲੱਗਾ ਬੈਠ ਜਾ ਕੇ ਤਾਂ ਕਿ ਨਹੀਂ ਅਸੀਂ ਦਫ਼ਤਰ ਜਾਣਾ ਜੀ ਤਾਂ ਸਾਨੂੰ ਇੱਥੇ ਆਣਾ ਪਿਆ ਕਿ ਇੱਥੇ ਦਫ਼ਤਰ ਬਹੁਤ ਵਧੀਆ ਕੰਮ ਹੁੰਦੇ ਆ ਸਾਡੇ ਸ਼ਹਿਰ ਚ ਸਾਡੇ ਕੰਮ ਹੈ ਨਹੀਂ ਸੀ ਤੁਸੀਂ ਬਿਜ਼ਨਸ ਖੋਲ੍ਹ ਲਿਆ ਇੱਥੇ ਕਿ ਹਾਂ ਰੈਡੀ ਲਾਈਫ ਹੈ ਚੂ ਮੂਮਸ ਦੀ ਕਿਹਾ ਨਹੀਂ ਇੱਥੇ ਜ਼ਿਆਦਾ ਵਿਕਦੇ ਹੈ ਮਾਣੀ ਉੱਥੇ ਨਹੀਂ ਵਿਕਣੇ ਸਾਲੇ ਕਿ ਹਾਂ ਨਹੀਂ ਆਪਣੇ ਘਰੇ ਜਾ ਇਹ ਬੋਹ ਭਰਾਵਾ 4 ਪੈਸੇ ਤੂੰ ਕਮਾਣਾ 4 ਪੈਸੇ ਹੀ ਕਮਾਣੇ ਵਧੀਆ ਤੂੰ ਕਮਾਣਿਆ ਆਪ ਪਰ ਜਿਨ੍ਹਾਂ ਨੇ ਜੰਮਿਆ ਸਾਨੂੰ ਜਿਨ੍ਹਾਂ ਨੇ ਏਡਜੋਕੇ ਕੀਤਾ ਹੈ ਅੱਜ ਉਹਨਾਂ ਦਾ ਸਹਾਰਾ ਬਣਨ ਦੀ ਜਗ੍ਹਾ ਜਾਂ ਉਹਨਾਂ ਦੇ ਨਾਲ ਰਹਿਣ ਦੀ ਜਗ੍ਹਾ ਮੈਂ ਕਿਤੇ ਹੋਰ ਜਾ ਕੇ ਸ਼ਿਫਟ ਹੋਵਾਂ ਉਹ ਵੀ ਪੈਸਿਆਂ ਲਈ ਜਾਂ ਆਪਣੀ ਆਸ਼ਰਾਂ ਲਈ ਮੈਨੂੰ ਉਹ ਜਿਸ ਪਸੰਦ ਨਹੀਂ ਆਹੀ ਘਰ ਦਾ ਰਹਿਣਾ ਪਸੰਦ ਕਰਾਂਗੇ ਤੁਹਾਡੇ ਕੋਲ ਫੋਦੂ ਨਹੀਂ ਹੈਗੇ ਤੇਰੇ ਹੀ ਗੱਲ ਕਹਿੰਦਾ ਕਿ ਰਿਸ਼ਤੇਦਾਰ ਜਾ ਕੇ ਦੇਖ ਮੈਂ ਪ੍ਰਭਾ ਸਿੱਧੀ ਗੱਲ ਮੈਂ ਕਲੀਅਰ ਚੱਲਦਾ ਹਾਂ ਨਾ ਮੈਨੂੰ ਮੇਰੇ ਮਾਪਿਆਂ ਨੇ ਜੰਮਿਆ ਮੈਂ ਉਹਨਾਂ ਦੀ ਸੁਣ ਸਕਦਾ ਉਹਨਾਂ ਨੂੰ ਸੁਣਾ ਸਕਦਾ ਉਹਨਾਂ ਨੂੰ ਸਮਝ ਸਕਦਾ ਉਹਨਾਂ ਨੂੰ ਆਪਣੀ ਚੀਜ਼ਾਂ ਦੱਸ ਸਕਦਾ ਉਹਨਾਂ ਦੀ ਚੀਜ਼ਾਂ ਤੇ ਚੱਲਣਾ ਜੋ ਕਹਿਣਗੇ ਉਹੀ ਕਰਨਾ ਰਿਸ਼ਤੇਦਾਰਾਂ ਚ ਮੈਨੂੰ ਮੇਰੇ ਨਾਨਕਿਆਂ ਤੋਂ ਮੈਂ ਮੈਨੂੰ ਪੈਂਦਾ ਕਿ ਡਾਰਿਆ ਮੈਨੂੰ ਉਹਨਾਂ ਦਾ ਉਹਨਾਂ ਦੀ ਰਿਸਪੈਕਟ ਹੈ ਪਿਆਰ ਹੈ ਉਹਨਾਂ ਨਾਲ ਜਾਂ ਮੇਰੇ ਜੋ ਘਰ ਦੇ ਵਿੱਚ ਜਿੰਨੇ ਜਾਣੇ ਰਹਿੰਦੇ ਚਾਹੇ ਤਾਇਆ ਜੀ ਦਾਦਾ ਜੀ ਬਾਕੀ ਚਾਚੇ ਹੋਣੇ ਸਾਰੀ ਫੈਮਿਲੀ ਉਸ ਤੋਂ ਇਲਾਵਾ ਬਾਹਰਲਾ ਮੇਰਾ ਕੋਈ ਵੀ ਰਿਸ਼ਤੇਦਾਰ ਮੈਨੂੰ ਕੁਝ ਵੀ ਕਹੇ ਕਿ ਜਿਹੜਾ ਮੇਰੇ ਘਰ ਤੋਂ ਬਾਹਰ ਰਹਿੰਦਾ ਮੈਨੂੰ ਨਹੀਂ ਫਰਕ ਪੈਂਦਾ ਕਿਉਂਕਿ ਜੋ ਮੇਰੇ ਪੇਰੈਂਟਸ ਨੇ ਮੈਨੂੰ ਕਹਣਾ ਮੈਂ ਉਸੇ ਤੇ ਚੱਲਦਾ ਹੁਣ ਮੇਰੇ ਕੋਈ ਵੀ ਅਗਰ ਰਿਸ਼ਤੇਦਾਰ ਮੈਨੂੰ ਕੀ ਕਹੇ ਕਿ ਹਾਂ ਤੁਹਾਡੇ ਘਰੇ ਮੈਂ ਕੀ ਦੇਖਾਂਗਾ ਕਿ ਇਹ ਉਹ ਆਪਾਂ ਤਾਂ ਡੈਗੂ ਨਹੀਂ ਅੱਗੇ ਗਿਆ ਨਹੀਂ ਰੋਟੀ ਪਾਣੀ ਕਰਦੀ ਪੋਚਾ ਪੋਚਾ ਸਾਰਾ ਕੁਝ ਆਪ ਲਾਂਦੀ ਆ ਠੀਕ ਆ ਤੇ ਭਰਾ ਇਹ ਰਿਪਲਾਈ ਸਮਝੀ ਮੇਰਾ ਵੀ ਹੁਣ ਰਿਪਲਾਈ ਈ ਠੀਕ ਆ ਆ ਕਿਹੜਾ ਰਿਪਲਾਈ ਸਾਲਿਆ ਉਹਦਾ ਜਲੂਸ ਕਢਾਈ ਜਨਾ ਮੈਂ ਤਾਂ ਨੀਬੀ ਕਹਿੰਦਾ ਸੀ ਤੂੰ ਤਾਂ ਕੰਮ ਵਾਲੀ ਬਣਾ ਤਾ ਦਿੰਦਾ ਮੈਂ ਨਾਮ ਹੀ ਇਹੀ ਆ ਗੰਗੂਬਾਈ ਹਿਮਾਨੀ ਕਿਉਂਕਿ ਗੰਗੂਬਾਈ ਨੇ ਕੰਮ ਕਰਦੀ ਹੁੰਦੀ ਨਾ ਜੋ ਆਪਾਂ ਸੁਣਦੇ ਨਾ ਫਿਲਮਾਂ ਚ ਅੱਜ ਬਾਈ ਨਹੀਂ ਆਈ ਗੰਗੂਬਾਈ ਰੋਟੀ ਪਾਣੀ ਬਣਾਉਂਦੀ ਉੱਠ ਕੇ ਝਾੜੂ ਪੋਚਾ ਲਾਂਦੀ ਆ ਸਾਰਾ ਕੰਮ ਆਪ ਕਰਦੀ ਕੱਪੜੇ ਧੋਂਦੀ ਮਮਾ ਤੂੰ ਭੈਣ ਜੋ ਬੋਟੀ ਰੱਖੀ ਆ ਕਿ ਪੈਸੇ ਕੰਮ ਵਾਲੀ ਔਰ ਗੰਗੂਬਾਈ ਜੀ ਨਾਮ ਪਸੰਦ ਆਇਆ ਐਤੋਂ ਬਾਅਦ ਮੇਰਾ ਕੋਈ ਰਿਪਲਾਈ ਨਹੀਂ ਆਣਾ ਤੂੰ ਮੈਨੂੰ ਭਾਵੇਂ ਲੱਖਾਂ ਰਿਪਲਾਈ ਕਰਦੀ ਮੈਨੂੰ ਨਹੀਂ ਮੈਂ ਕੋਈ ਰਿਪਲਾਈ ਨਹੀਂ ਕਰਨਾ ਉਹ ਦੇਖ ਈਐਮਆਈ ਚ ਖੂਸੀਆਂ ਭੋਰਨ ਵਾਲਿਆ ਤੂੰ ਪਿਛਲੀ ਵੀਡੀਓ ਚ ਵੀ ਕਹੇਗਾ ਅਹੀ ਕਿਸੇ ਨੂੰ ਰਿਪਲਾਈ ਨਹੀਂ ਕਰ ਰਹੀ ਅਸੀਂ ਕਿਸੇ ਨਾਲ ਗੱਲ ਨਹੀਂ ਕਰ ਰਹੇ ਅਸੀਂ ਕਿਸੇ ਨੂੰ ਰਿਪਲਾਈ ਕਰਨਾ ਨਹੀਂ ਚਾਹੁੰਦੇ ਫੇਰ ਤੂੰ ਅੱਜ ਵੀਡੀਓ ਪਾ ਕੇ ਕਹਿੰਦਾ ਕਿ ਹਾਂ ਮੈਂ ਰਿਪਲਾਈ ਕਰਦਾ ਪਰ ਮੇਰਾ ਹੁਣ ਰਿਪਲਾਈ ਕੋਈ ਨਹੀਂ ਆਣਾ ਭੈਣ ਜੋ ਸਟੈਂਡ ਤੇ ਰਹਿ ਲੋ ਜੇ ਸਟੈਂਡ ਤੇ ਨਹੀਂ ਲਿਆ ਹੁੰਦਾ ਜਿਹੜਾ ਸਟੈਂਡ ਹੈਗਾ ਰਿੰਗ ਲੈ ਡੱਲਾ ਨਾ ਉੱਤੇ ਉੱਪਰ ਬਹਿ ਜਾਓ ਕਿਤੇ ਅੱਜ ਸਾਡਾ ਲਾਸਟ ਰਿਪਲਾਈ ਹੈ ਜੀ ਅੱਜ ਅਸੀਂ ਇਹ ਨਹੀਂ ਕਰਨਾ ਅੱਜ ਅਸੀਂ ਉਹ ਨਹੀਂ ਕਰਨਾ ਵਿਦਆਊਟ ਮਾਈ ਯੂਅਰ ਕੰਟੈਂਟ ਇਜ਼ ਟੋਟਲੀ ਜ਼ੀਰੋ 0/0 ਠੀਕ ਆ ਤੇ ਬਾਕੀ ਗੰਗੂ ਬਾਈ ਨੂੰ ਮੇਰੇ ਵੱਲ ਬਹੁਤ ਸਾਰਾ ਪਿਆਰ ਤੇ ਕੁਝ ਹੋਰ ਕਿਹਾ ਉਹ ਵੀ ਦਾਦੇ ਮੈਂ ਸੋ ਨਹੀਂ ਲੈਣਾ ਤੇਰੀ ਗੱਲਾਂ ਤੇ ਗੁਰੂ ਤੁਹਾਨੂੰ ਮਤ ਦੇਵੇ ਥੋੜਾ ਸੱਤ ਬੁੱਧੀ ਬਖਸ਼ੇ ਤੁਹਾਨੂੰ ਜਿਹੜੇ ਬਕਵਾਸ ਕਰਦੇ ਜੇ ਹਨਾ ਜੀ ਇੰਨੀ ਗੱਲ ਸ਼ੀਸ਼ੇ ਦੇ ਕੇ ਕਵੇਂ ਨਾ ਤੇ ਸਭ ਤੋਂ ਪਹਿਲਾਂ ਅਗਲ ਤੈਨੂੰ ਆਵੇ ਕਿ ਹਾਂ ਜੇ ਇਹ ਕੂਸੀ ਭੋਰੂਗਾ ਨਹੀਂ ਤਾਂ ਸਾਨੂੰ ਟੌਪਿਕ ਮਿਲੂਗਾ ਕਿੱਥੋਂ ਮੈਂ ਤਾਂ ਨਹੀਂ ਪਿਆਜੋ ਤੇਰੇ ਫੋਨ ਚ ਵੜ ਕੇ ਕਹਿੰਨੇ ਕਿ ਨਹੀਂ ਨਹੀਂ ਐਦਾ ਐਦਾ ਕਰੀ ਆ ਮੈਂ ਤੇਰੇ ਘਰੋਂ ਕੋਈ ਵੀਡੀਓ ਕੱਢ ਕੇ ਨਹੀਂ ਲਿਆਂਦੇ ਗਿਆ ਨਹੀਂ ਤੇਰਾ ਭੇ ਮੈਂ ਥੋੜੀ ਚਲਾਣ ਰਿਆ ਤੂੰ ਗੂਸੀ ਬੋਰ ਤੇ ਹੋ ਤਵੀ ਤਾਂ ਹਮ ਤੁਮੇ ਪਕੜਤੇ ਹੈ ਨਾ ਸਮਝ ਆਈ ਕੀ ਤੇਰਾ ਹੱਥ ਵੀ ਪਹੁੰਚ ਜਾਣਾ ਆਨਾ ਮੈਂ ਆਨਾ ਤੇ ਮੰਮੀ ਕਰਨ ਲੱਗੇ ਆ ਤੇ ਜਿਹੜੀ ਗੱਲ ਮੈਂ ਕਹੀ ਦੀ ਸੀਗੀ ਰੋਸਟਰ ਨੂੰ ਉਹ ਆਂਟੀ ਜੀ ਇਹਨੇ ਕਿਥੇ ਟੱਡ ਕੋਣਾ ਤੁਹਾਡਾ ਮੁੰਡਾ ਹੁਣੀ ਪਿਆਜ ਦੁਆਵਾ ਕਰਦਾ ਫਿਰਦਾ ਸੀ ਕਿ ਨਹੀਂ ਰੱਬ ਜੀ ਕੀ ਹਾਂ ਲੋਕਾਂ ਨੂੰ ਅਕਲ ਆਵੇ ਜਿਹੜੇ ਬੈਡ ਕਮੈਂਟਸ ਕਰਦੇ ਜਿਹੜੇ ਰੋਸਟ ਕਰਦੇ ਉਹਨਾਂ ਨੂੰ ਅਕਲ ਬਖਸ਼ੋ ਅਦਰ ਮਮੀ ਨੀ ਕਾ ਕਿਹਾ ਤੇਰਾ ਹੱਥ ਲੰਬਾ ਆ ਆਗੇ ਟੰਗ ਦੇ ਰੁਕ ਰੁਕ ਅੰਨਾ ਪਹਿਲਾ ਵੀਡੀਓ ਬਣਾ ਲਵਾ ਕਿਉਂਕਿ ਖੱਟੀ ਖਾਦੀ ਦੇ ਇਹਦੀ ਆ ਜੋ ਘਰ ਦੇ ਨਗੀ ਤਾਂ ਉਹ ਤੇਰ ਲਈ ਮੈਂ ਨਹੀਂ ਰੱਖਦਾ ਠੀਕ ਹੈ ਕਰਨ ਦੱਤੇ ਨੂੰ ਉਹੀ ਨਾ ਜਿੰਨੇ ਬੰਦੇ ਨਾਲ ਪਿਆਰ ਨਾਲ ਗੱਲ ਕਰੋ ਰਿਸਪੈਕਟ ਨਾਲ ਉਹਨੂੰ ਮਤਲਬ ਕੁਝ ਕਹੋ ਨਾ ਉਨਾ ਹੀ ਬੰਦਾ ਸਿਰ ਤੇ ਚੜਦਾ ਠੀਕ ਹੈ ਇੱਕ ਤਾਂ ਲੋਕੀ ਨਾ ਵਹਿਮ ਭਰਮਾਂ ਚ ਬੋਹ ਰਹਿੰਦੇ ਆ ਕਿ ਹਾਂ ਨਹੀਂ ਅਸੀਂ ਪਿਆਰ ਨਾਲ ਗੱਲ ਕਰਦੇ ਆ ਦੀ ਤੇ ਅਸੀਂ ਜਿਹੜੀ ਤੂੰ ਕਾਈਂਡ ਆਫ ਕੈਨੇਡਾ ਕੀ ਹਾਂ ਕਿ ਮੈਂ ਜੇ ਪਿਆਰ ਨਾਲ ਬੋਲਦਾ ਤੇ ਮੈਨੂੰ ਇਹ ਨਾ ਸਮਝ ਲਿਓ ਜੋ ਤੂੰ ਰੀਲਾ ਤੇ ਬਦਮਾਸ਼ ਬਣਦਾ ਫਿਰਦਾ ਤੂੰ ਸਿੱਧਾ ਹੋ ਕੇ ਦੇ ਲੈ ਭਰਾਵਾ ਪਤਾ ਲੱਗ ਜੂਗਾ ਕੀ ਚੀਜ਼ ਐ ਕੀ ਨਹੀਂ ਐਵੇਂ ਭੈਣਾਂ ਦੇ ਬਦਮਾਸ਼ੀਆਂ ਕਰੀ ਜਾਣੀਆਂ ਉਹ ਜੀ ਅਸੀਂ ਇਹ ਅਸੀਂ ਉਹ ਅਸੀਂ ਇਦਾਂ ਅਸੀਂ ਉਹਦਾ ਮੈਂ ਤਾਂ ਸਾਲਿਆ ਤੇ ਤੇ ਉਹਦਾ ਲਾਂਤ ਭੈਣ ਚ ਪਾ ਨੂੰ ਜੀ ਕਰ ਰਿਹਾ ਹੈਗਾ ਕਿ ਨਹੀਂ ਇਸ ਤੋਂ ਵੱਡਾ ਕੁਸਾ ਕਿਹੜਾ ਹੋ ਸਕਦਾ ਜਿਹਨੇ ਖੁਦ ਇੰਟਰਵਿਊ ਦੇ ਕੇ ਆਪਣਾ ਜਰੂਸ ਖੁਦ ਗੜਵਾਇਆ ਤੇ ਬਾਅਦ ਚ ਆਪ ਹੀ ਤੇਰੀ ਵੀਡੀਓ ਨਾ ਡਿਲੀਟ ਨਹੀਂ ਕਰਵਾ ਸਕਿਆ ਤੇ ਤੂੰ ਬਦਮਾਸ਼ੀਆਂ ਸਾਨੂੰ ਦਿਖਾਨਾ ਇਹ ਆਸੀ ਮੈਂ ਜਰੋਸਟ ਕਰਦੇ ਜਿਹੜਾ ਤੂੰ ਆਪਣੇ ਤੇਰੇ ਘਰੇ ਵੜ ਕੇ ਤੇਰੀ ਲੈਣੀ ਦੀ ਨਹੀਂ ਕਰਗੇ ਉਧਰ ਦੇ ਕੋ ਬੋਲ ਨਹੀਂ ਹੋਇਆ ਕਿ ਆ ਨਹੀਂ ਯਾਰ ਐਸੇ ਵਾਸੇ ਉਹ ਚੰਗੀ ਲਾਵਾ ਕਰਾਈ ਹੁਣ ਆ ਜੋ ਮੈਂ ਪਿਆਰ ਨਾਲ ਬੋਲਦਾ ਤਾਂ ਦਾ ਮਤਲਬ ਇਹ ਨਹੀਂ ਅਸੀਂ ਤੁਹਾਡੀ ਟੋਨ ਚ ਬੋਲਿਆ ਕਰਾਂਗੇ ਬੋਲਾ ਭਰਾ ਸਾਨੂੰ ਕੋਈ ਫਰਕ ਨਹੀਂ ਹੈਗਾ ਬੋਲਣ ਤੇ ਕਰਨ ਚ ਬਹੁਤ ਫਰਕ ਹੁੰਦਾ ਮੈਨੂੰ ਪਤਾ ਤੂੰ ਸਿਰਫ ਭੌਂਕਣ ਵਾਲਾ ਕੁੱਤਾ ਆ ਵੱਢਣ ਵਾਲਾ ਨਹੀਂਗਾ ਤੂੰ ਤੇ ਪੁੱਤ ਮੈਨੂੰ ਗਾਲ ਵੀ ਕੱਢੀ ਸੀਗੀ ਮੈਂ ਫਿਰ ਤੈਨੂੰ ਕੁਝ ਨਹੀਂ ਭਰਾ ਗਾਲ ਨੂੰ ਮਰਦਾ ਤੇ ਤੂੰ ਗਾਲ ਕੱਢ ਲਾ ਤੇਰੇ ਕਿਹੜਾ ਬੁੱਲਾ ਨੂੰ ਮਹਿੰਦੀ ਲੱਗੀ ਕਿ ਨਹੀਂ ਆ ਮੈਂ ਨਹੀਂ ਬੋਲ ਸਕਦਾ ਨਹੀਂ ਜਿਹੜਾ ਮਹਿੰਦੀ ਦਾ ਡਿਜ਼ਾਈ ਇਧਰੋ ਬਹਿ ਜਾਓ ਭਰਿਆ ਪਿਆ ਆ ਫੈਂਸੀਆਂ ਨਾਲ ਦਿਮਾਗ ਚ ਭਰਿਆ ਪਿਆ ਗੰਦ ਨਾਲ ਜ਼ੁਬਾਨ ਚ ਭਰਿਆ ਪਿਆ ਭੈਣ ਚ ਕੀ ਹਾਂ ਫੁਕਰਪੰਤੀ ਨਾਲ ਤੇ ਗੱਲਾਂ ਕਰਨੀਆਂ ਨਹੀਂ ਜੀ ਅਸੀਂ ਤਾਂ ਐਦਾਂ ਅਸੀਂ ਉਹਦਾ ਇਹ ਉਹ ਦੇਖ ਨਟਲੀ ਗੱਲਾਂ ਨੂੰ ਨਟ ਤੇ ਰਹਿਣ ਦੇ ਕਰੋ ਅਗਰ ਤੁਸੀਂ ਇਦਾਂ ਦੀ ਸਟੇਟਮੈਂਟ ਜਿਹਾ ਚਾਹੁੰਦੇ ਹੋ ਕਿ ਹਾਂ ਨਹੀਂ ਮੈਂ ਤੈਨੂੰ ਇਹ ਕਰ ਸਕਦਾ ਮੈਂ ਐਦਾਂ ਬੋਲਦਾ ਨਹੀਂ ਮੈਂ ਬੋਲ ਨੂੰ ਬੋਲ ਸਕਦਾ ਮੈਂ ਇਹ ਕਰ ਸਕਦਾ ਮੈਂ ਇੱਕ ਚੀਜ਼ ਨੂੰ ਇੱਕ ਚੀਜ਼ ਤੇ ਰਹਿਣਾ ਹੈ ਜੇ ਮੈਂ ਆਪਣੀ ਵੀਡੀਓ 'ਚ ਵੀ ਦੱਸਿਆ ਸੀਗਾ ਅਗਰ ਅਸੀਂ ਬੋਲਦੇ ਹਾਂ ਕਿਸੇ ਨੂੰ ਰੋਸਟ ਕਰਦੇ ਹਾਂ ਤੁਹਾਡਾ ਪੂਰਾ ਹੱਕ ਹੈਗਾ ਤੁਸੀਂ ਬੋਲੋ ਬਟ ਉਸ ਚੀਜ਼ ਦੇ ਉੱਪਰ ਕੁਝ ਖਰੇ ਵੀ ਉਤਰੋ ਇੱਕ ਪਾਸੇ ਭੈਣ ਤੇ ਦੀ ਬੋਲਦੇ ਅਸੀਂ ਇਹ ਨਹੀਂ ਕਰਨਾ ਇੱਕ ਪਾਸੇ ਬੋਲਦੇ ਅਸੀਂ ਇਹ ਕਰਨ ਤੇ ਆਗੇ ਤੇ ਇਹ ਉਹ ਇੱਕ ਚੀਜ਼ ਰੋ ਜੇ ਮੈਂ ਰੋਸਟ ਕਰਦੇ ਤਾਂ ਮੈਂ ਰੋਸਟ ਹੀ ਕਰਦਾ ਪਿਆ ਆ ਇਸ ਸੀਜ਼ ਮੈਂ ਉਹ ਨਹੀਂ ਕਹਿੰਦਾ ਕਿ ਨਹੀਂ ਯਾਰ ਨਹੀਂ ਬੰਕ ਉਹਦਾ ਬਹੁਤ ਵਧੀਆ ਬੰਦਾ ਪਰ ਹੈਗਾ ਸਿਰ ਦਾ ਫੁੱਦੂ ਐਡਾ ਥੋੜੀ ਆ ਤੈਨੂੰ ਜੇ ਫੁੱਦੂ ਕਹਿੰਦਾ ਤੂੰ ਹੈਗਾ ਫੁੱਦੂ ਤਾਂ ਹੀ ਫੁੱਦੂ ਕਹਿਣਾ ਮੈਂ ਤਾਂ ਨਹੀਂ ਕਹਣਾ ਵਧੀਆ ਤੂੰ ਰਹਿਣਾ ਫੁੱਦੂ ਆ ਤੇ ਬਾਕੀ ਰਹੀ ਗੱਲ ਗਾਲ ਦੀ ਉਹ ਤੇਨੂੰ ਮੈਂ ਕੱਢਦਾ ਰੂੰਗਾ ਨਾਲੇ ਮੈਂ ਕੀ ਕਰਨੀ ਐ ਇਹਨੂੰ ਲੋਕੀ ਤੇ ਯੋਧੀ ਮਾਂ ਬਣ ਕਰ ਜਾਂਦੇ ਆ ਤੈਨੂੰ ਉਸ ਚੀਜ਼ ਦਾ ਫਰਕ ਨਹੀਂ ਪੈਂਦਾ ਅਜਾ ਫੇ ਵੀ ਤੇ ਘਰ ਦੇ ਰੱਖ ਲਈ ਦੀ ਮਾੜੀ ਜੀ ਕਿ ਨਹੀਂ ਉਹਨਾਂ ਦੀ ਇੱਜ਼ਤ ਵਧਿਆ ਆ ਮੈਟਰ ਕਰਦੀ ਆ ਤੂੰ ਤਾਂ ਹੈ ਵਾਂਜ ਗੁੱਸਾ ਬਾਕੀ ਹਾਂ ਬਾਕੀ ਬੱਸ ਮੈਂ ਉੱਠਣ ਲੱਗਾ ਵਾਂ ਥੋੜੇ ਬੋਤੇ ਕੰਮਕੁਮ ਕਰਾਈ ਮਮਮੀ ਨਾਲ ਸੋਫੇ ਸੁਫੇ ਰੜਵਾਈਏ ਇਹਨਾਂ ਕੋ ਥੋੜੇ ਬੋਤੇ ਕੰਮਕੁਮ ਕਰਾਈ ਮਮਮੀ ਨਾਲ ਤਾਂ ਸੋਫੇ ਸੁਫੇ ਰੜਵਾਈਏ ਕਿ ਹਾਂ ਸੋਫੇ ਰੜ ਕੇ ਇੱਧਰ ਕਰੋ ਕਿਉਂਕਿ ਬਾਉ ਜੀ ਆ ਰਹੇ ਆ ਗੁੱਸਿਆਂ ਦੇ ਬਾਦਸ਼ਾ ਇਹੋ ਹੀ ਸਿੱਖਿਆ ਭਰਾਵਾ ਤੁਸੀਂ ਮੈਂ ਵੀ ਬਰਾਵਾ ਤੇਰੇ ਤੇ ਬੈ ਕੇ ਵੀਡੀਓ ਬਣਾਉਂਦਾ ਟਾਈਮ ਪਾਸ ਕਰਨੇ ਆਪਣਾ ਮੈਂ ਇਤੋਂ ਚੰਗਾ ਨਾ ਮੈਂ ਉਹ ਗਾਇਸ ਇਹ ਤਾਂ ਵਲੌਗ ਹੋ ਗਿਆ ਹੈਲੋ ਗਾਇਸ ਵੈਲਕਮ ਬੈਕ ਟੂ ਮਾਨੀ ਵਲੌਗ ਉਹ ਮਾਨੀਨੀ ਗੰਗੂ ਵਾਈ ਠੀਕ ਆ ਅੱਜ ਦੀ ਵੀਡੀਓ ਯਾਰ ਇਨੀ ਸੀਗੀ ਮੈਨੂੰ ਨਹੀਂ ਪਤਾ ਤੁਹਾਨੂੰ ਵਧੀਆ ਲੱਗੀ ਏ ਨਹੀਂ ਮੇਰੀ ਲਹਿਰ ਲੱਗੀ ਪਈ ਸੀ ਇੱਕ ਹਿਸਾਬ ਦੀ ਬੋਲੀ ਜਾਣੇ ਮੈਨੂੰ ਪਤਾ ਨਹੀਂ ਕੀ ਬੋਲੀ ਜਾਣੇ ਪਰ ਫੇ ਵੀ ਮੈਂ ਨਹੀਂ ਕਹਿਣ ਲੱਗਾ ਕਿ ਮੇਰਾ ਲਾਸਟ ਸਪਲਾਈ ਦੇਖ ਜਦੋਂ ਮੇਰਾ ਲੈਣੀ ਦੇਣੀ ਕਰਨ ਨੂੰ ਦਿਲ ਕਰੂਗਾ ਮੈਂ ਤਾਂ ਫੇ ਵੀਡੀਓ ਪਾਉਂਗਾ ਕੁਝ ਰੂਸਟਿੰਗ ਮੈਂ ਕਰਨੀ ਹੁੰਦੀ ਆ ਪਟੇ ਵੀ ਤੁਸੀਂ ਅਗਰ ਚਾਹਣੀ ਹੋਗੀ ਹਾਂ ਤੁਸੀਂ ਬੋਲਣਾ ਚਾਹੁੰਦੇ ਤੁਸੀਂ ਜੀ ਸਾਦ ਕੇ ਬੋਲੋ ਬਟ ਇਹ ਨਾ ਕਰੋਗੇ ਇਸੇ ਨਹੀਂ ਬੋਲੋਗੇ ਅਗਰ ਤੋਂ ਇਹ ਨਹੀਂ ਕਰਾਂਗੇ ਐ ਵੀ ਥੁੱਕੇ ਚੱਟਰ ਵਾਲੇ ਕੰਮ ਬਲੌਗਰ ਮੈਂ ਚ ਬਣੇ ਹੋ ਤੁਸੀਂ ਠੀਕ ਆ ਬਾਕੀ ਥੈਂਕ ਯੂ ਸੋ ਮੱਚ ਆ ਕੰਟੈਂਟ ਦੇ ਲਈ ਥੈਂਕ ਯੂ ਸੋ ਮੱਚ ਮਯੰਗ ਭਈਆ ਜਿਹੜੇ ਲੋਕੀ ਕਹਿੰਦੇ ਨੇ ਆਪ ਲੋਕੋ ਕੰਟੈਂਟ ਤੇ ਚੱਲਦੇ ਹੋ ਮੈਂ ਤਾਂ ਲੋਕੀ ਅਨਪੜ੍ਹ ਲੱਗਦੇ ਕਈ ਭਰਾਵਾ ਜਿਹੜੇ ਕਮੈਂਟ ਕਰਦੇ ਕੀ ਮਿਲਦਾ ਹੈ ਤੁਮੇ ਤੁਸੀਂ ਤਾਂ ਲੋਕੋ ਕੀ ਵਜਤ ਉਹ ਕੁਸਿਓ ਰੋਸਟਿੰਗ ਨੂੰ ਉਹੀ ਕਹਿੰਦੇ ਹੋ ਹੋਰ ਕੀ ਕਰ ਸਕਦੇ ਆ ਜਿਹੜੇ ਰਿਵਿਊ ਕਰਦੇ ਆ ਉਹ ਕਾਈਂਡ ਆਫ ਹੋਗੇ ਕਿ ਹਾਂ ਜਿਹੜੇ ਰਿਐਕਸ਼ਨ ਚੈਨਲ ਆ ਉਹ ਹੋਗੇ ਕਿ ਹਾਂ ਨਹੀਂ ਆਪਾਂ ਰਿਐਕਸ਼ਨ ਦੇ ਰਿਹਾ ਕਿ ਕੀ ਬੰਦਾ ਕਰ ਰਿਹਾ ਕਿ ਨਹੀਂ ਉਹਦੇ ਰੋਸਟਰ ਹੁੰਦੇ ਆ ਉਹ ਆਪਣਾ ਪੁਆਇੰਟ ਆਫ ਊ ਨਾਲ ਦਿੰਦੇ ਆ ਰਿਐਕਸ਼ਨ ਵਾਲੇ ਸਿਰਫ ਦੇਖਦੇ ਆ ਉਹਨਾਂ ਨੂੰ ਕਿ ਦੱਸ ਦੇ ਕਿ ਹਾਂਜੀ ਇਹਨੇ ਇਹ ਕੀਤਾ ਇਹ ਗਾਣੇ ਦਾ ਮਤਲਬ ਇਹ ਨਿਕਲਿਆ ਜਾਂ ਵੀਡੀਓ ਵਧੀਆ ਕਿ ਨਹੀਂ ਬਸ ਅਸੀਂ ਉਹ ਸੀ ਨੂੰ ਪੁਆਇੰਟ ਆਊਟ ਕਰਕੇ ਉਸ ਦੇ ਉੱਪਰ ਜਵਾਬ ਦਿੰਨੇ ਆ ਠੀਕ ਆ नैट की गल नैट के हाँ किसी के घरों जाकर वीडियो चक के लिये जलो चाक के लिये फेक गया अगर के आज किसी परसलन लाइफ च क्यों मरते नैट वाली चीज इज पब्लिक लाइफ नॉट परसनल लाइफ ठीक है थैंक यू सो मच बाय बाय टेक केयर टाटा मिलते हैं सीधी नवीं वीडियो ना अगले महीने तो टाटा टेक केयर बाय बाय